ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ? ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਮੈਂ ਵੀ ਠੀਕ ਠਾਕ ਹਾਂ। ਅਤੇ ਲਓ ਜੀ, ਇਹ ਹੈਗੀ ਆ ਜੀ 30 ਜੂਨ ਦੀ ਵੀਡੀਓ। ਅਤੇ ਇੰਨੇ ਦਿਨ ਮੇਰੀ ਵੀਡੀਓ ਨਾ ਆਉਣ ਦਾ ਕਾਰਨ ਇੱਕ ਸੀ ਕਿ ਮੇਰਾ ਫੋਨ ਹੋ ਗਿਆ ਸੀ ਖਰਾਬ, ਉਹਦੀ ਡਿਸਪਲੇ ਗਈ ਸੀ ਟੁੱਟ। ਜਿਸ ਦਿਨ ਇਹ ਵਲੋਗ ਸ਼ੂਟ ਕੀਤਾ ਉਸ ਤੋਂ ਅਗਲੇ ਦਿਨ ਹੀ ਮੇਰਾ ਫੋਨ ਹੋ ਗਿਆ ਖਰਾਬ, ਤਾਂ ਮੇਰੀ ਇੰਨੇ ਦਿਨ ਵੀਡੀਓ ਨਹੀਂ ਆਈ। ਅਤੇ ਉਸ ਤੋਂ ਅੱਜ ਬੜੇ ਦਿਨਾਂ ਬਾਅਦ ਫਿਰ ਆਪਾਂ ਵਲੋਗ ਆ ਜਿਹੜਾ ਆਪਣਾ ਅਪਲੋਡ ਕਰਨ ਦੇ ਹਾਂ। ਅਤੇ ਇਹ ਹੈਗਾ ਜੀ 29 ਜੂਨ ਦੀ ਵੀਡੀਓ। ਉਸ ਦਿਨ ਮੇਰੇ ਦਿਓਰ ਨੂੰ ਲੱਗਾ ਸੀ ਠਾਕਾ, ਅਤੇ ਉਹਨਾਂ ਦੀ ਕੁੜੀ ਵਾਲਿਆਂ ਦੀ ਸਾਰੀ ਫੈਮਿਲੀ ਆਈ ਹੋਈ ਸੀ। ਅਤੇ ਇੱਥੇ ਮੇਰੇ ਦਿਓਰ ਨੂੰ ਲਾਉਂਦੇ ਸਾਰੇ ਜਣੇ ਠਾਕਾ, ਅਤੇ ਰਿੰਗ ਸੈਰਮਨੀ ਵੀ ਕਹਿ ਦਿੰਦੇ ਆ। ਅਤੇ ਬਟ ਹੁੰਦਾ ਨਾ ਕਿ ਕੁੜੀ ਮੁੰਡੇ ਨੂੰ ਕੋਲ ਬਿਠਾ ਕੇ ਠਾਕਾ ਲਾਇਆ ਜਾਂਦਾ, ਬਟ ਨਹੀਂ, ਪਹਿਲਾਂ ਇਕੱਲਾ ਮੁੰਡੇ ਨੂੰ ਲਾ ਕੇ ਗਏ। ਉਹ ਹੈਗੇ ਦੂਰ ਦੇ ਸੀ, ਇਸ ਕਰਕੇ ਅਸੀਂ ਉਹਨਾਂ ਦੇ ਹੱਥ ਹੀ ਮਤਲਬ ਕੁੜੀ ਦਾ ਠਾਕਾ ਭੇਜਦਾ ਸੀ। ਸਾਡੇ ਤੋਂ ਜਾਇਆ ਨਹੀਂ ਸੀ ਜਾਣਾ ਕਿਉਂਕਿ ਦੂਰ ਸੀ, ਫਿਰ ਤੁਹਾਨੂੰ ਪਤਾ ਵਾ ਅਤੇ ਰਾਜਸਥਾਨ ਕਿੱਡੀ ਦੂਰ ਆ। ਅਤੇ ਇਸ ਕਰਕੇ ਫਿਰ ਅਸੀਂ ਉਹਨਾਂ ਦੇ ਹੱਥ ਹੀ ਭੇਜਦਾ, ਅਤੇ ਉਹ ਮੁੰਡੇ ਨੂੰ ਇੱਥੇ ਲਾ ਗਏ। ਉਹਨਾਂ ਦੀ ਮਤਲਬ ਪੰਜਾਬ ਕੋਈ ਰਿਸ਼ਤੇਦਾਰੀ ਸੀ, ਉੱਧਰ ਆਏ ਸੀ, ਅਤੇ ਫਿਰ ਇੱਧਰ ਮਤਲਬ ਲਾ ਗਏ ਦਿਓਰ ਮੇਰੇ ਨੂੰ ਵੀ ਠਾਕਾ। ਅਤੇ ਇੱਥੇ ਮਤਲਬ ਸਾਰਿਆਂ ਦਾ ਫੋਟੋ ਸ਼ੂਟ ਚੱਲਣ ਦਿਆ ਸੀ ਜ਼ੋਰਾਂ ਸ਼ੋਰਾਂ ਦੇ। ਅਤੇ ਇਹ ਹੈਗਾ ਜੀ ਸਾਡੇ ਮੇਰੀ ਚਾਚੀ ਸੱਸ ਦਾ ਘਰ, ਅਤੇ ਤੁਹਾਨੂੰ ਆਪਣਾ ਪੁਰਾਣਾ ਘਰ ਵੀ ਅੱਜ ਦਿਖਾਉਂਗੀ ਵੀਡੀਓ ਦੇ ਵਿੱਚ, ਦੇਖਣ ਨੂੰ ਮਿਲੂਗਾ ਤੁਹਾਨੂੰ, ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ। ਅਤੇ ਉੱਧਰ ਆਪਾਂ ਤਾਂ ਨਹੀਂ ਬਿਠਾਇਆ, ਤੁਹਾਨੂੰ ਪਤਾ ਉੱਧਰ ਫਿਰ ਆਪਣੇ ਥਾਂ ਵੀ ਥੋੜ੍ਹਾ ਵਾ, ਇੱਕ ਮਿਸਤਰੀ ਵੀ ਲੱਗੇ ਹੋਏ ਆ, ਫਿਰ ਕਿੰਨਾ ਔਖਾ ਹੋ ਜਾਣਾ। ਇਸ ਕਰਕੇ ਇੱਧਰ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ, ਬਸ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਅਤੇ ਇੱਥੇ ਬਸ ਆਪਣੇ ਸਾਰਿਆਂ ਦਾ ਚੱਲਣ ਦਿਆ ਸੀ ਫੋਟੋ ਸ਼ੂਟ। ਅਤੇ ਪਲੀਜ਼ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਨੇ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਆਹ ਯੈਲੋ ਚੁੰਨੀ ਵਾਲੀ ਹੈਗੀ ਆ ਜੀ ਮੇਰੀ ਚਾਚੀ ਸੱਸ, ਅਤੇ ਆਹ ਹੈਗੀ ਆ ਜੀ ਮੇਰੀ ਪੂਰੀ ਫੈਮਿਲੀ। ਆਹ ਮੇਰੀ ਸੱਸ ਆ, ਆਹ ਦੋਨੋਂ ਮੇਰੇ ਦਿਓਰ ਆ, ਅਤੇ ਬਾਕੀ ਅਸੀਂ ਸਾਰੇ ਜਾਣੇ ਹਾਂ। ਤੁਸੀਂ ਸਾਨੂੰ ਤਾਂ ਜਾਣਦੇ ਹੀ, ਅਸੀਂ ਤਾਂ ਡੇਲੀ ਵੀਡੀਓ ਦੇ ਵਿੱਚ ਆਉਂਦੇ ਹੀ ਹਾਂ। ਅਤੇ ਇਹ ਹੈਗੀ ਆ ਜੀ ਸਾਡੀ ਪੂਰੀ ਫੈਮਿਲੀ। ਅਤੇ ਸੋ ਇੱਥੇ ਵਾਰੀ ਆ ਗਈ ਸੀ ਸਾਡੇ ਮਾਸੀ ਮਾਸੜ ਜੀ ਦੀ। ਇਹ ਹੈਗੇ ਆ ਜੀ ਮੇਰੇ ਹਸਬੈਂਡ ਦੇ ਮਾਸੀ ਮਾਸੜ ਜੀ, ਅਤੇ ਆਹ ਜਿਹੜੇ ਹੈਗੇ ਆ ਇਹ ਹੈ ਸਾਡੀ ਭੂਆ ਜੀ ਆ। ਅਤੇ ਮਤਲਬ ਥੋੜ੍ਹੇ ਥੋੜ੍ਹੇ ਰਿਸ਼ਤੇਦਾਰ ਆਏ ਸੀ, ਜ਼ਿਆਦਾ ਨਹੀਂ ਆਏ, ਥੋੜ੍ਹਿਆਂ ਜਿਹਾ ਨੂੰ ਸੱਦਿਆ ਸੀ ਕਿ ਮਤਲਬ ਵਧੀਆ ਪ੍ਰੋਗਰਾਮ ਹੋ ਗਿਆ। ਅਤੇ ਹੁਣ ਇੱਥੇ ਮਾਸੀ ਮਾਸੜ ਜੀ ਉਹਨਾਂ ਤੋਂ ਬਾਅਦ ਸਾਡੀ ਵਾਰੀ ਆ ਗਈ ਫੋਟੋ ਸ਼ੂਟ ਦੀ। ਅਤੇ ਕਿਉਂਕਿ ਫੋਟੋ ਸ਼ੂਟ ਤਾਂ ਜ਼ਰੂਰੀ ਆ, ਤੁਹਾਨੂੰ ਪਤਾ ਇਹੋ ਜਿਹੇ ਮੌਕਿਆਂ ਦੇ, ਕਿਉਂਕਿ ਇਹ ਜ਼ਿਆਦਾ ਹੀ ਹੁੰਦੀਆਂ ਇੱਕ ਹਿਸਾਬ ਦੀਆਂ, ਇਹ ਜ਼ਿਆਦਾ ਬਣ ਕੇ ਰਹਿ ਜਾਂਦੀਆਂ ਵਾ, ਮਤਲਬ ਵਧੀਆ ਲੱਗਦਾ ਵਾ। ਅਤੇ ਸੋ ਇੱਥੇ ਆ ਗਈ ਹੁਣ ਸਾਡੀ ਵਾਰੀ। ਅਤੇ ਸੋ ਇੱਥੇ ਸਾਡੀ ਪੂਰੀ ਫੈਮਿਲੀ ਆ, ਤੁਹਾਨੂੰ ਮੈਂ ਜਿੰਨਾ ਕੁ ਹੋਇਆ ਉਨਾ ਕੁ ਜ਼ਰੂਰ ਦੱਸੂੰਗੀ। ਅਤੇ ਬਾਕੀ ਮਤਲਬ ਜਿਹੜੇ ਪਹਿਲਾਂ ਫੋਟੋ ਸ਼ੂਟ ਹੋਏ ਸਭ ਤੋਂ ਪਹਿਲਾਂ ਉਹ ਹੈਗੇ ਆ ਜੀ ਕੁੜੀ ਦੀ ਮੰਮਾ ਅਤੇ ਪਾਪਾ, ਉਹ ਦੋਨੋਂ ਸਭ ਤੋਂ ਮੇਨ ਜਦੋਂ ਆਪਾਂ ਵੀਡੀਓ ਸਟਾਰਟ ਕੀਤੀ ਉਦੋਂ। ਅਤੇ ਇਹ ਹੈਗਾ ਜੀ ਸਾਡੇ ਭੂਆ ਜੀ ਦਾ ਨੌਂ ਪੁੱਤ, ਸਭ ਤੋਂ ਛੋਟਾ, ਵੱਡਾ ਨਹੀਂ ਆਇਆ, ਵੱਡਾ ਨੌਂ ਪੁੱਤ ਨਹੀਂ ਆਇਆ ਅਤੇ ਛੋਟਾ ਵਾ। ਅਤੇ ਲਓ ਜੀ ਇੱਥੇ ਤੁਸੀਂ ਵੀਡੀਓ ਨੂੰ ਕਰੋ ਇੰਜੋਏ, ਅਤੇ ਆਪਾਂ ਵੋਇਸ ਓਵਰ ਆਪਾਂ ਜ਼ਿਆਦਾ ਨਹੀਂ ਕਰਨੀ ਅੱਜ। ਅਤੇ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ।
ਅਤੇ ਇਹ ਹੈਗੇ ਆ ਜੀ ਸਾਡੇ ਛੋਟੇ ਮਾਮਾ ਮਾਮੀ, ਮਤਲਬ ਮੇਰੇ ਹਸਬੈਂਡ ਦੇ ਮਾਮਾ ਮਾਮੀ ਆ, ਛੋਟੇ ਆ ਅਤੇ ਵੱਡੇ ਮਾਮਾ ਜੀ ਬਾਹਰ ਗਏ ਆ ਅਤੇ ਵੱਡੀ ਮਾਮੀ ਜੀ ਵੀ ਆਏ ਆ ਅਤੇ ਉਹਨਾਂ ਦੀ ਵੀ ਫੋਟੋ ਆਊਗੀ ਅਤੇ ਇੱਕ ਬੇਟੀ ਆ ਇਹਨਾਂ ਦੀ ਬੇਟੀ ਆ ਉਹਨਾਂ ਦੇ ਨਾਲ ਆਊਗੀ। ਅਤੇ ਸੋ ਆਪਾਂ ਜਦੋਂ ਵਿਆਹ ਹੋਇਆ ਮੇਰੇ ਦਿਓਰ ਦਾ ਫਿਰ ਤੁਹਾਨੂੰ ਮੈਂ ਸਾਰੀਆਂ ਰਿਸ਼ਤੇਦਾਰੀਆਂ ਨਾਲ ਮਿਲਾਊਂਗੀ, ਹਾਲੇ ਮੌਕਾ ਹੀ ਨਹੀਂ ਕਦੀ ਮਿਲਿਆ ਆਪਾਂ ਨੂੰ। ਇਹ ਹੈਗੇ ਆ ਜੀ ਸਾਡੇ ਵੱਡੇ ਮਾਮਾ ਮਾਮੀ ਜੀ, ਮਾਮਾ ਜੀ ਤਾਂ ਬਾਹਰ ਆ, ਅਤੇ ਇਹ ਹੈਗੇ ਆ ਛੋਟੇ ਮਾਮਾ ਮਾਮੀ ਦੀ ਬੇਟੀ। ਅਤੇ ਸੋ ਇੱਥੇ ਬਹੁਤ ਵਧੀਆ ਫੋਟੋ ਸ਼ੂਟ ਚੱਲਿਆ ਸੀ, ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜੋਏ। ਅਤੇ ਹਾਂਜੀ ਠੀਕ ਨਾਲ ਹੀ ਵਿੱਚ ਪਕੌੜੇ ਰੱਖ ਦੋ, ਬ੍ਰੈਡ ਰੱਖ ਦੋ ਪਕੌੜੇ। ਬਰਗਰ ਮੰਗਾਉਣੇ ਦੀ ਦੁਕਾਨ ਘਰੇ ਕਹਿ ਕੇ ਮੰਗਾ ਲਈਏ। ਭੁੱਖੜ ਅਖਬਾਰ ਹੀ ਦੇ ਦੋ ਕੋਈ ਨੀ।
ਬਣ ਗਿਆ ਕਿ ਵਾਧੂਗਾ ਮੈਨੂੰ ਵੀ ਵੇਖ ਲੋ ਕੋਈ ਕਿੰਨਾ ਪਸੀਨਾ ਆ ਗਿਆ ਵਾ ਤੇਰੀ ਵੀ ਵਲੌਗ ਚ ਆਉਣੀ ਕਾਕੇ ਡਾਨ ਤੇਰੀ ਵੀ ਆਉਣੀ ਆ ਕਦੇ ਦਾ ਸੋਚੀ ਪਿਆ ਬਈ ਕੀ ਸੋਚਣ ਲਿਆ ਕਿੱਧਰ ਚੱਲੀਆਂ ਵਿਚਾਰੀ ਮੈਨੂੰ ਵੇ ਕਿੱਦਾਂ ਦੇ ਠੁਕਰਾ
ਨਹੀਂ ਚਾਹੁੰਦਾ ਗੱਡੀ ਚ ਨਾ ਮਾਸਰ ਨੂੰ ਜਾਣ ਮਾਸਰ ਜੀ ਹਾਂ ਮਾਸੀ ਸਾਡੇ ਘਰ ਦੀ ਲਾਜੀ ਮਾਸੀ ਤੇ ਕੀ ਅਸੀਂ ਚ ਨਹੀਂ ਪੁੱਛਦੇ ਨਹੀਂ ਤੇ ਬਹੁਤ ਠੰਡੀ ਕਿੱਥੇ ਆ ਇਹ ਸਾਡਾ ਤੇ ਹਾਂ ਸਾਡਾ ਸੁਣਨ ਤੇ ਵਾ ਆ ਕਾ ਗਾ ਮੰਮੀ ਆ ਗਈ ਮੰਮੀ ਨੂੰ ਕਿੱਥੋਂ ਆ ਮੰਮੀ ਕਹੇ ਹੈ ਪਹਿਲਾਂ ਲਾ ਲਿਆ ਟੁੱਟੀ ਕਰਕੇ ਦੇਣੀ ਪੈਣੀ ਫਿਰ ਵਿੰਗ ਤਾਂ ਡੇਂਗ ਜਿਹਾ ਬਣਿਆ, ਮੈਨੂੰ ਨੀ ਪਤਾ ਕਿੱਦਾਂ ਦਾ ਬਣਿਆ ਹੁਣ ਕੀ ਗੱਲ ਬੰਦ ਕਰੀ ਬੈਗ ਆਉਂਦੇ
ਮੈਂ ਮਰਨ ਵਾਲੀ ਹੈਗੀ ਅੱਜ ਚੁੱਲ੍ਹੇ ਚ ਅਖਬਾਰ ਲੈ ਲਈ ਕਮਲ ਥੋੜੀਆਂ ਚਲੋ ਜਾ ਉੱਥੇ ਖੁੱਲੀ ਮੰਗਾ ਲਿਆ ਕਰੋ ਹੋ ਗਿਆ।